ਉਹ ਪੱਟ ਵੇਖ ਕੇ ਮਾਂ ਨੂੰ ਪੁੱਤ ਕਹਿੰਦਾ, ਬੇਬੇ ਮੈਨੂੰ ਵੀ ਲੋਕੀ ਭਲਵਾਨ ਕਹਿੰਦੇ। ਪੁੱਤ ਪਤਾ ਭਲਵਾਨੀ ਦਾ, ਉਦੋਂ ਲੱਗਦਾ ਪੰਗੇ ਜਦੋਂ ਪਗਾਨਿਆਂ ਨਾਲ ਪੈਂਦੇ। ਉਹ ਕਿਹਦੇ ਨਾਲ ਪੰਗਾ ਲਈ ਜਾਂਦਾ ਵੀਰ ਐਤਕਾਂ, ਉਹ ਹੁਣ ਕਿਹਦੇ ਨਾਲ ਆ ਪੇਚਾ? ਉਹ ਪੇਚਾ ਜੇ ਪਿਆ ਨੀ, ਪੇਚਾ ਤੇ ਪਊਗਾ 20 ਸਤੰਬਰ ਨੂੰ ਬੋੜੇ ਵਾਲ ਕੰਗ। ਅੱਛਾ ਅੱਛਾ, ਆਪਣੇ ਲਾਗੇ ਹੀ ਗਏ। ਉਹ ਲੱਗਦਾ ਕਬੱਡੀ ਦਾ ਤਕੜਾ ਮੈਚ ਹੋਊ ਉੱਥੇ। ਬਿਲਕੁਲ ਬਿਲਕੁਲ, ਕਬੱਡੀ ਦਾ ਮੈਚ ਵੀ ਤਗੜਾ ਹੋਊਗਾ, ਤੇ ਉਸ ਤੋਂ ਪਹਿਲਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸ਼੍ਰੀ ਚੰਦ ਜੀ ਦਾ ਅਵਤਾਰ ਦਿਹਾੜਾ ਮਨਾਉਂਦੇ ਆ, ਗੁਰਬਾਣੀ ਦੇ ਪ੍ਰਵਾਹ ਚੱਲਣੇ ਆ। ਵਾਹ ਜੀ ਵਾਹ ਵਾਹ ਗੁਰੂ, ਆ ਤੇ ਬਈ ਰੱਬ ਦਾ ਨਾਮ ਵਾਲਾ ਕੰਮ ਵੀ ਆ ਫਿਰ। ਤੇ ਸ਼ਾਮ 4 ਵਜੇ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਕਬੱਡੀ ਦਾ ਮੈਚ ਤੇ ਉਹ ਵੀ ਸਿਰਾ। ਵਾਹ ਜੀ ਵਾਹ, ਇਹ ਸਾਰਾ ਪ੍ਰਬੰਧ ਤੁਹਾਨੂੰ ਪਤਾ ਵੀ ਆਪਣੇ ਬਾਬਾ ਹਰਚਰਨ ਸਿੰਘ ਜੀ ਬੋੜੇਵਾਲ ਵਾਲੇ ਕਰਾਉਂਦੇ ਆ? ਬਈ ਬੜੀ ਕਿਰਪਾ ਮਹਾਂਪੁਰਸ਼ਾਂ ਤੇ। ਤੇ ਇਸ ਵਾਰ ਫਿਰ ਕਿਹੜਾ ਕਿਹੜਾ ਬੱਬਰ ਸ਼ੇਰ ਨਿੱਤਰੂ ਮੈਦਾਨ ਚ? ਇਸ ਵਾਰ ਤੇ ਬੱਬਰ ਸ਼ੇਰਾਂ ਦੀ ਫੌਜ ਇਕੱਠੀ ਕਰ ਲਈ ਆ ਬਾਬੇ ਨੇ। ਅੱਛਾ, ਪਹਿਲਾਂ ਵੇਖ ਮੰਨਾ ਚਾਕਾਂ ਵਾਲੀ ਆ। ਅੱਛਾ ਬਈ, ਮੰਨੂ ਮਨਸਾਣਿਆਂ ਵਾਲਾ। ਹਾਂ, ਅੱਗੇ ਆ ਸਾਬਾ ਕੀੜੀ ਵਾਲਾ। ਅੱਛਾ, ਸ਼ਾਲੂ ਨੜਾਂ ਵਾਲੀ ਵਾਲਾ, ਉਹ ਸਿੰਘ ਸਰਦਾਰ। ਆਹੋ, ਮੈਨੂੰ ਪਤਾ 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 ਉਹਦਾ, ਉਹਨੂੰ ਕੌਣ ਨਹੀਂ ਜਾਣਦਾ। ਕਬੱਡੀ ਦਾ ਜੰਗੀ ਜਹਾਜ਼ ਕਹਿੰਦੇ ਆ ਉਹਨੂੰ। ਅੱਛਾ, ਬਲਜੀਤ ਰਹੀਮਾ ਬਾਦੀਆ। ਸ਼ੇਰਾ ਬਲਪੁਰੀਆਂ ਵਾਲਾ, ਉਹ ਖਿਡਾਰੀ ਸਾਰੇ ਤਗੜੇ ਹੀ ਬਈ। ਤੇ ਬਿੱਲਾ ਜੈਤੋ ਸਰਜੇ ਵਾਲਾ, ਤੇ ਆਪਣਾ ਮਾਂ ਬਲੀ ਚੈਨਾ ਗੁਜਰਪੁਰੀਆ। ਬਿਲਕੁਲ ਬਿਲਕੁਲ ਬਿਲਕੁਲ, ਚੈਨਾ ਗੁਜਰਪੁਰੀਆ ਤੇ ਬਿਲਕੁਲ ਜ਼ਰੂਰ। ਇਸ ਵਾਰ ਤੇ ਫਿਰ ਵੀ ਸਾਰੀ ਕਰੀਮ ਇਕੱਠੀ ਕਰ ਲਈ ਆ ਮੈਚ, ਵੀ ਇੱਕ ਤੋਂ ਇੱਕ ਵੱਧ ਕੇ ਖਿਡਾਰੀ ਆ ਸਾਰੇ ਮੈਚ ਵਿੱਚ। ਤੇ ਬਿਲਕੁਲ, ਖਿਡਾਰੀ ਵੀ ਇੱਕ ਤੋਂ ਇੱਕ ਚੜ ਗਿਆ, ਤੇ ਮੈਚ ਵੀ ਸਿਰੇ ਦਾ ਹੋਣਾ। ਆ ਜਾਓ ਫਿਰ 20-18 ਨੂੰ ਬੋੜੇਵਾਲ, ਆਪਣਾ ਸ਼ਾਮਨਗਰ ਨੇੜੇ। ਬੋੜੇਵਾਲ ਕੰਗ ਸ਼ਾਮਨਗਰ ਦੇ ਨਾਲ ਹੀ ਆ। 20-18 ਮਤਲਬ ਵੀਰਵਾਰ ਸ਼ਾਮਾਂ ਨੂੰ, ਵੀਰਵਾਰ ਸ਼ਾਮ ਨੂੰ 4 ਵਜੇ ਕਬੱਡੀ ਦਾ ਸਿਰਾ ਮੈਚ ਹੋਣਾ। ਬਈ ਸੰਗਤੋ, ਹੋਮਾ ਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ। ਉਹ ਸਾਰੇ ਆਇਓ ਵੀ, ਅਸੀਂ ਵੀ ਚੱਲਾਂਗੇ ਵੀਰ। ਬਿਲਕੁਲ ਬਿਲਕੁਲ, ਚੰਗਾ ਚੰਗਾ ਬਈ, ਜ਼ਰੂਰ ਆਉਣਾ ਬਈ, ਜ਼ਰੂਰ ਆਉਣਾ ਬਈ, ਉੱਥੇ ਹੀ ਮਿਲਦੇ ਹਾਂ ਫਿਰ।